2 ਸਾਲਾ ਬੱਚੇ ਫਤਿਹਵੀਰ ਦੀ ਫੋਰਵੈਲ 'ਚ ਦੇਖੀ ਹੋਈ ਮੌਤ ਨੂੰ ਲੈ ਕੇ ਜੀਰੋ ਲਾਈਨ ਵੱਲੋਂ ਲੋਕਾਂ ਦੇ ਵਿਚਾਰ ਜਾਣ ਲਈ ਲੋਕਾਂ ਦੀ ਕਚਹਿਰੀ ਜਾ ਕੇ ਉਹਨਾਂ ਦਾ ਵਿਚਾਰ ਜਾਣੇ ਜਾਂਦੇ ਵੀ ਜੇ ਕਿਉਂਕਿ ਦੇਖਿਆ ਗਿਆ ਹੈ ਵੀ ਵੱਖ ਵੱਖ ਸ਼ਹਿਰਾਂ ਦੇ ਵਿੱਚ ਕਸਬਿਆਂ ਦੇ ਵਿੱਚ ਉਹ ਫਤਿਹਵੀਰ ਦੀ ਮੌਤ ਨੂੰ ਲੈ ਕੇ ਧਰਨੇ ਪ੍ਰੋਟੈਸਟ ਕੀਤੇ ਜਾ ਰਹੇ ਹਨ। ਉਹਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਮੁੱਦਿਆਂ ਨੂੰ ਲੈ ਕੇ ਜੀਰੋ ਲਾਈਨ ਵੱਲੋਂ ਵੀ ਲੋਕਾਂ ਦੀ ਜਿਹੜੀ ਆ ਰਾਏ ਲਈ ਜਾਂਦੀ ਸੁਝਾਅ ਲਏ ਜਾਂਦੇ ਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੀ ਦਿਖਾਣ ਘਟਨਾ ਨਾ ਵਾਪਰ ਸਕੇ ਉਹਦੇ ਬਾਰੇ ਉਹ ਕੀ ਕਹਿਣਾ ਚਾਹੁੰਦੇ ਆ। ਅਸੀਂ ਗੱਲ ਕਰਾਂਗੇ ਸਰਦਾਰ ਮਨਜੀਤ ਸਿੰਘ ਜੀ ਜਿਹੜੇ ਕੈਨੇਡਾ ਤੋਂ ਆਏ ਨੇ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕੈਨੇਡਾ ਦੇ ਵਿੱਚ ਵੀ ਉਹ ਆਪਣਾ ਇਸ ਸਮਾਜ ਦੀ ਚਿੰਤਾ ਤਾਂ ਕਰਦੇ ਆ ਅਤੇ ਉਹ ਇਸ ਗੱਲ ਨੂੰ ਲੈ ਕੇ ਇਸ ਫਤਿਹਵੀਰ ਦੀ ਮੌਤ ਲੈ ਕੇ ਕੀ ਕਹਿਣਾ ਚਾਹੁੰਦੇ ਜੀ ਸਰਦਾਰ ਮਨਜੀਤ ਸਿੰਘ? ਮੈਂ ਤਾਂ ਇਹੀ ਬੇਨਤੀ ਕਰੂੰਗਾ ਜੀ ਆਮ ਸਰਕਾਰਾਂ ਨੂੰ ਵੀ ਸਾਰਿਆਂ ਨੂੰ ਕਿ ਇਹ ਜਿਹੜੇ ਕੰਮ ਹੈਗੇ ਇਹਨਾਂ ਦਾ ਪੂਰਾ ਖਿਆਲ ਰੱਖਣਾ ਚਾਹੀਦਾ। ਉਹਦੇ ਬੱਚੇ ਦੀ ਤਸਵੀਰ ਕਰਨੀ ਚਾਹੀਦੀ ਸੀ, ਉਹ ਜਿੰਨੀ ਹੋਣੀ ਚਾਹੀਦੀ ਸੀ ਉੰਨੀ ਨਹੀਂ ਹੋਈ, ਹੈ ਕਿ ਨਹੀਂ? ਕਦੇ ਕਿਸੇ ਨੂੰ ਦਿੱਤਾ, ਕਦੇ ਕਿਸੇ ਨੂੰ ਦਿੱਤਾ, ਉਹ ਕੋਈ ਖਾਸ ਕੁਝ ਗੱਲ ਨਹੀਂ। ਮੈਂ ਤਾਂ ਇਹੀ ਬੇਨਤੀ ਕਰੂੰਗਾ ਸਰਕਾਰਾਂ ਨੂੰ ਵੀ ਉਹਦਾ ਪੂਰਾ ਧਿਆਨ ਰੱਖਣਾ ਚਾਹੀਦਾ, ਪੂਰੀ ਉਹਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿਸ ਤਰ੍ਹਾਂ ਨਾਲ ਛੋਟਾ ਜਿਹਾ ਬੱਚਾ 100 ਘੰਟੇ ਤੱਕ ਉਹਦਾ ਉਹ ਟਰੇਸ ਨਹੀਂ ਕਰ ਸਕੇ, 100 ਘੰਟੇ ਤੋਂ ਬਾਅਦ ਉਸੇ ਬੋਰਵੈਲ ਦੇ ਵਿੱਚੋਂ ਕੱਢਿਆ ਜਿਹਦੇ ਵਿੱਚ ਡਿੱਗ ਗਿਆ ਸੀ, ਜਿਹੜੇ 100 ਘੰਟੇ ਤੱਕ 5 ਦਿਨ ਤੱਕ ਦੂਜਾ ਕੰਮ ਕਰਦੇ ਰਹੇ, ਉਹਦਾ ਕੋਈ ਫਾਇਦਾ ਨਹੀਂ ਹੋਇਆ ਸ਼ਹਿਰ ਦੇ ਵਿੱਚ। ਮੈਂ ਤਾਂ ਇਹੀ ਸਰਕਾਰਾਂ ਨੂੰ ਇਹੀ ਬੇਨਤੀ ਕਰਦਾ ਹਾਂ ਵੀ ਤੁਸੀਂ ਜੋ ਵੀ ਜੇ ਕੋਈ ਇੱਦਾਂ ਦੀ ਦੁਰਘਟਨਾ ਹੁੰਦੀ ਆ ਤਾਂ ਪੂਰੀ ਪੂਰੀ ਹੁਸੈਨੀ ਦੇ ਨਾਲ ਪੂਰੇ ਖਿਆਲ ਦੇ ਨਾਲ ਉਹਦਾ ਸਾਰਾ ਪ੍ਰਬੰਧ ਇੰਤਜ਼ਾਮ ਕਰਦਾ ਹਾਂ। ਬਾਕੀ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਬੱਚਿਆਂ ਦਾ ਧਿਆਨ ਮਾਂ ਪਿਓ ਜ਼ਰੂਰ ਰੱਖਣਾ ਚਾਹੀਦਾ, ਨਹੀਂ ਪ੍ਰਸ਼ਾਸਨ ਦੀ ਤਾਂ ਗਲਤੀ ਜਿਹੜੀ ਹੈ ਹੈ। ਉਸ ਤੋਂ ਪਹਿਲਾਂ ਸਾਡੀ ਆਪਣੀ ਗਲਤੀ ਹੈ ਕਿ ਅਸੀਂ ਬੱਚੇ ਨੂੰ ਕਿਉਂ ਨਹੀਂ ਪੜ੍ਹਾਉਂਦੇ, ਘਰ ਦੇ ਵੀ ਆਪਣੇ ਹੋਰ ਆ, ਸਾਨੂੰ ਪਤਾ ਹੋਣਾ ਚਾਹੀਦਾ ਬੱਚਾ ਤਾਂ ਬੱਚਾ ਹੀ ਆ ਨਾ, ਮਾਂ ਪਿਓ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਬੱਚੇ ਨੂੰ ਆਪਣੇ ਨੂੰ ਦੇਖਭਾਲ ਸੰਭਾਲਣ ਦੀ। ਬਾਹਰਲੀ ਏਅਰਪੋਰਟ ਖਬਰ ਕਿਸੇ ਕਰਕੇ ਬਾਹਰਲੀ ਏਅਰਪੋਰਟ ਲੱਗੇ ਹੁੰਦੇ ਉੱਥੇ ਬੱਚੇ ਦੀ ਦੇਖਭਾਲ ਪਹਿਲੋਂ ਆ, ਠੀਕ ਹੈ ਜੀ? ਅਤੇ ਬੱਚੇ ਨੂੰ ਦੇਖਭਾਲ ਨਹੀਂ ਕਰਨੀ ਆਪਣੀ ਜ਼ਿੰਮੇਵਾਰੀ ਬਣਦੀ ਆ। ਪ੍ਰਸ਼ਾਸਨ ਜੋ ਗਲਤੀ ਆ ਜਿਹੜੀ ਕਾਰ ਹੋ ਸਕਦੀ ਬੱਚਿਆਂ ਦੀ ਕਾਰ ਹੋਣਾ, ਇਹ ਸਭ ਮਾਂ ਬਾਪ ਕਰਨੀ ਹੈ। ਮੈਂ ਤਾਂ ਇਹ ਸਾਨੂੰ ਬੇਨਤੀ ਕਰੂੰਗਾ ਕਿ ਆਪਣੇ ਬੱਚਿਆਂ ਦਾ ਧਿਆਨ ਰੱਖਣ, ਪਰ ਜਿਹਨਾਂ ਦੇ ਘਰਾਂ ਵਿੱਚ ਵੀ ਫਸਲ ਬੋਲ ਹੈਗੇ ਨੇ ਉਹਨਾਂ ਨੂੰ ਧਾਕੇ ਰੱਖਣ ਦਾ ਪਤਾ ਉਹਨੂੰ ਬੰਦ ਕੀਤੇ ਜਾਣ। ਪਹਿਲਾਂ ਸਭ ਤੋਂ ਪਹਿਲਾਂ ਤਾਂ ਬਹੁਤ ਇਹਦੇ 'ਚ ਕੋਈ ਬਿਲਕੁਲ ਸ਼ਬਦ ਨਹੀਂ ਫਤਿਹਵੀਰ ਸਿੰਘ ਨਾਲ ਜੋ ਹੋਇਆ ਮੈਂ ਆਪਣੇ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਬੱਚਾ 6 ਜੂਨ ਨੂੰ ਡਿੱਗਦਾ, 11 ਜੂਨ ਨੂੰ ਉਹਦੀ ਡੈਡ ਬੋਡੀ ਜਿਹੜੀ ਬਾਹਰ ਕੱਢਦੀ ਏਅਰਪੋਰਟ ਵਿੱਚ, ਕਿੰਨਾ ਦੁਖਾਂਤ ਵਾਲੀ ਗੱਲ ਹੈ ਕਿ ਸਾਡੇ ਅਸੀਂ ਜਿਹੜੇ ਕੱਢ ਰਹੇ ਸੀ ਜਿਹੜੀ ਟੀਮ ਸੀ ਜੋ ਕਹਿੰਦੇ ਬਹੁਤ ਸਪੈਸ਼ਲਿਸਟ ਟੀਮ ਸੀ, ਪਰ ਉਹਨਾਂ ਦਾ ਦੇਖ ਰਿਹਾ ਸੀ ਅਣਜਾਣ ਹੁੰਦੇ ਆ, ਕਦੀ ਇੱਧਰ ਨੂੰ ਕੋਲਾ ਪੱਟ ਲਿਆ, ਕਦੀ ਇੱਧਰ ਨੂੰ ਪੱਟ ਲਿਆ, ਪਰ ਇਹ ਤਾਂ ਲੱਗ ਰਿਹਾ ਸੀ ਪ੍ਰਸ਼ਾਸਨ ਅਤੇ ਸਰਕਾਰ ਪੂਰੀ ਤਰ੍ਹਾਂ ਫੇਲ ਸੀ। ਸਰਕਾਰ ਨੇ ਕੋਈ ਦਿਲਚਸਪੀ ਨਹੀਂ ਲਈ, ਜੇ ਲੈਂਦੇ ਤਾਂ ਉਸ ਬੱਚਾ ਨਿਕਲ ਸਕਦਾ ਉਸਦੇ ਨਿਕਲ ਸਕਦਾ ਉਸੇ ਦਿਨ, ਪਰ ਸਾਡੇ ਕੋਲ ਇਹ ਜਿਹੜਾ ਦੁਖਾਂਤ ਹੋਇਆ ਇਸ ਨਾਲ ਸਾਡੀ ਜਿਹੜੀ ਕਿੱਕਰੀ ਹੋਈ ਆ ਬਾਹਰ ਹੋਈ ਆ, ਫੌਜ 'ਚ ਹੋਈ ਆ, ਹਰੇਕ ਜਗ੍ਹਾ ਹੋਈ ਆ, ਇੰਡੀਆ 'ਚ ਹੋਈ ਆ, ਪੰਜਾਬ ਸਰਕਾਰ ਦੀ ਹੋਈ ਆ, ਬਹੁਤ ਹੀ ਮੰਦਭਾਗੀ ਆ ਜਿਹੜੀ ਘਟਨਾ ਵਾਪਰੀ ਆ। ਬੱਚੇ ਨੂੰ ਬਚਾਇਆ ਜਾ ਸਕਦਾ ਹੈ ਜੇ ਸਾਡੇ ਕੋਲ ਤਕਲੀਫ ਹੁੰਦੀ, ਪਰ ਅਸੀਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ, ਚੰਦ 'ਤੇ ਪਹੁੰਚ ਗਏ ਇੱਦਾਂ ਕਰ ਲਿਆ, ਪਰ ਅਸੀਂ ਇੱਕ ਛੋਟੀ ਜਿਹੀ 120 ਫੁੱਟ ਦੇ ਜੋ ਬੱਚੇ ਨੂੰ ਨਹੀਂ ਕੱਢ ਸਕਦੇ ਸੀ, ਅਤੇ ਇਹ ਦੇਖਣ ਵਾਲੀ ਗੱਲ ਹੈ। ਪਰ ਮੈਂ ਮੇਰਾ ਜਿੱਥੇ ਤੱਕ ਮੈਂ ਸਮਝਦਾ ਕਿ ਪ੍ਰਸ਼ਾਸਨ ਨੇ ਕੋਈ ਦਿਲਚਸਪੀ ਨਹੀਂ ਲਈ, ਜੇ ਉਹ ਲੈਂਦੇ ਤਾਂ ਕੋਈ ਤਾਂ ਵੱਡੀ ਗੱਲ ਨਹੀਂ ਸੀ ਵੀ ਜੇ ਬੱਚੇ ਨੂੰ ਨਹੀਂ ਕੱਢਿਆ ਜਾ ਸਕਦਾ, ਤਾਂ ਇਸ ਕਰਕੇ ਜੋ ਉਹਨਾਂ ਦੇ ਪਰਿਵਾਰ ਨਾਲ ਬੀਤੀ ਆ ਉਹ ਤਾਂ ਉਹਨਾਂ ਦਾ ਪਰਿਵਾਰ ਵੀ ਜਾਣਦਾ ਹੋਣਾ, ਪਰ ਜੋ ਸਾਡੇ ਨਾਲ ਬੀਤੀ ਆ ਅਸੀਂ ਦੇਖਦੇ ਸੀ ਕਿ ਸਵੇਰੇ ਜਦੋਂ ਸਵੇਰੇ ਦਿਨ ਚੜ੍ਹਦਾ ਸੀ ਅਸੀਂ ਦੇਖਦੇ ਸੀ ਜੀ ਵੀ ਕੁਛ ਹੀ ਮਿੰਟਾਂ ਬਾਅਦ ਬੱਚਾ ਬਾਹਰ ਆਉਣ ਵਾਲਾ, ਕੁਛ ਹੀ ਮਿੰਟਾਂ ਬਾਅਦ, ਪਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਕਿਹੜੀ ਟੀਮ ਸੀ ਜਿਹਨੂੰ ਪਤਾ ਹੀ ਨਹੀਂ ਲੱਗਦਾ ਸੀ ਕੁਛ ਵੀ। ਫਿਰ ਦੂਸਰਾ ਸਭ ਤੋਂ ਵੱਡਾ ਲੋਕਾਂ ਦੇ ਨਾਲ ਇਹ ਲੋਕਾਂ ਦੇ ਸਰਕਾਰਾਂ ਆ ਲੋਕਾਂ ਨੂੰ ਬੇਵਕੂਫ ਬਣਾਉਣੀਆਂ ਜਾਂ ਲੋਕ ਸਾਡੇ ਮਤਲਬ ਇਹਨਾਂ ਦੇ ਮਗਰ ਲੱਗ ਜਾਂਦੇ ਆ ਬਣਦੇ ਵੀ ਬੇਵਕੂਫ, ਉਹ ਦੇਖੋ ਕਿੱਦਾਂ ਉਹਨੇ ਹੀ ਮਤਲਬ ਟ੍ਰੈਂਡ ਵਰਤਿਆ ਜਾ ਕੇ ਕਿਸੇ ਨੂੰ ਵੀ ਪਤਾ ਬੱਚਾ ਜਿੰਦਾ ਨਹੀਂ ਸੀ, ਉਹਦੇ ਬੱਚੇ ਦੀ ਸਮੈਲ ਆ ਰਹੀ ਸੀ, ਉਹ ਬਾਅਦ 'ਚ ਡੈਡ ਬੋਡੀ 'ਤੇ ਪਤਾ ਲੱਗ ਗਿਆ। ਉਸ ਟਾਈਮ ਬੱਚੇ ਕਹਿ ਰਹੇ ਜੀ ਉਹ ਇੱਦਾਂ ਹੋ ਰਿਹਾ ਆਹ ਹੋ ਰਿਹਾ ਆਹ ਹੋ ਰਿਹਾ, ਜੇ ਕਰਕੇ ਅਸੀਂ ਬਸ ਕੁਛ ਹੀ ਮਿੰਟਾਂ 'ਚ ਕੱਢ ਲੈਣਾ ਆ। ਫਿਰ ਇੱਕ ਡਰਾਮਾ ਰਚ ਰਹੇ ਉਹਨੂੰ ਪੀ ਜੀ ਇੱਧਰ ਲੈ ਕੇ ਜਾ ਰਹੇ ਆ, ਉਹ ਐਮਬੂਲੈਂਸ ਤਿਆਰ, ਉਹ ਬਿਲਕੁਲ ਬੇਕਾਰ ਦੀਆਂ ਗੱਲਾਂ ਆ। ਜੋ ਉਹਨਾਂ ਨੂੰ ਉਸ ਵੇਲੇ ਕੰਮ ਕਰਨਾ ਚਾਹੀਦਾ ਸਾਂ ਉਹਨੇ ਕੀਤਾ ਨਹੀਂ, ਅਤੇ ਐਵੇਂ ਮਤਲਬ ਇੰਟਰਸਟ ਕਿਸੇ ਨੇ ਲਿਆ ਉੱਥੇ ਜਾਂ ਸੰਗਰੂਰ ਦੇ ਉੱਥੇ ਆਪਣੇ MPC ਭਗਵੰਤ ਮਾਨ ਜੋ ਬਹੁਤ ਵੱਡੀਆਂ ਹੋਰਾਂ ਮਾਰਦੇ ਉਹਨਾਂ ਨੇ ਕੁਛ ਨਹੀਂ ਕੀਤਾ, ਉੱਥੇ ਤੱਕ ਗਏ ਦਿਨ ਤੱਕ ਨਹੀਂ ਕੋਈ ਵੀ ਪ੍ਰੈਕਟੀਕਲ ਕੋਈ ਵੀ ਨਹੀਂ ਬੰਦਾ ਗਿਆ। ਇਸ ਕਰਕੇ ਜੋ ਦੁਖਾਂਤ ਜਿਹੜਾ ਵਾਪਰਿਆ ਅਤੇ ਬਹੁਤ ਹੀ ਸ਼ਰਮਿੰਦਗੀ ਹੈ ਹੋ ਰਹੀ ਆ, ਮਤਲਬ ਕਰਕੇ ਸਾਡੇ ਮਤਲਬ ਦੇਸ਼ ਵਿੱਚ ਇਹ ਦੇਖੋ ਇੱਕ ਅਸੀਂ 2 ਸਾਲ ਦਾ ਮਾਸੂਮ ਬੱਚੇ ਨੂੰ ਨਹੀਂ ਬਚਾ ਸਕਦੇ, ਹੋਰ ਅਸੀਂ ਕੀ ਕਰ ਸਕਦੇ ਇੱਥੇ ਕਰਕੇ, ਤਾਂ ਇਸ ਕਰਕੇ ਮੈਂ ਮੇਰੇ ਕੋਲ ਸ਼ਬਦ ਨਹੀਂ।
ਬਹੁਤ ਬਹੁਤ ਦੁੱਖ ਦੁੱਖ ਵਾਲੀ ਗੱਲ ਆ। ਅਤੇ ਬਾਕੀ ਮੈਂ ਲੋਕਾਂ ਨੂੰ ਇਹ ਅਪੀਲ ਕਰਦਾ, ਦੇਖੋ ਅਸੀਂ ਹਰ ਕੰਮ ਸਰਕਾਰਾਂ 'ਤੇ ਨਾ ਛੱਡ ਦੇਈਏ। ਜਿੱਦਾਂ ਬੋਰਵੈਲ ਜਿੱਥੇ ਖਾਲੀ ਖੁੱਲ੍ਹੇ ਪਏ ਆ, ਸਾਡਾ ਇਹ ਸਾਡਾ ਫਰਜ਼ ਬਣਦਾ ਜਿਹਨਾਂ ਦੇ ਵੀ ਹੈਗੇ, ਅਸੀਂ ਉਹਨਾਂ ਨੂੰ ਆਲੇ ਦੁਆਲੇ ਕੁਛ ਉਹਨਾਂ ਨੂੰ ਮਤਲਬ ਬਣਾਈਏ, ਜਿਹੜਾ ਕੋਈ ਇੱਥੇ ਡਿੱਗ ਨਾ ਸਕੇ ਕੋਈ, ਜਾਂ ਸਰੀਏ ਜਾਂ ਜਿੱਦਾਂ ਦਾ ਮਰਜ਼ੀ ਕੋਈ ਇਹਦਾ ਜੁਗਾੜ ਅਸੀਂ ਬਣਾਈਏ, ਬਲਕਿ ਖੁੱਲ੍ਹੇ ਨਾ ਛੱਡੀਏ। ਕਿਉਂ ਕਈ ਟਾਈਮ ਅਸੀਂ ਬਹੁਤ ਅਣਗਹਿਲੀ ਵਰਤਦੇ, ਜਦੋਂ ਦੁਖਾਂਤ ਵਾਪਰ ਜਾਂਦਾ ਅਸੀਂ ਸਾਰੇ ਕਰਦੇ ਹਾਂ। ਜ਼ਿਆਦਾਤਰ ਮੈਂ ਦੇਖਿਆ ਜ਼ਮੀਨੀ ਪੱਧਰ 'ਤੇ ਕੋਈ ਕੁਛ ਨਹੀਂ ਕਰਦਾ, ਜਦੋਂ ਕੋਈ ਦੁਖਾਂਤ ਵਰਤਦਾ ਫੇਸਬੁੱਕ 'ਤੇ ਸਾਰੇ ਆਪਣੇ ਪੱਤਰਕਾਰ ਬਣ ਜਾਂਦੇ, ਆਪਣੇ ਆਪਣੇ ਵਿਚਾਰ ਦੇਣੇ ਸ਼ੁਰੂ ਕਰ ਦਿੰਦੇ ਆ ਫੇਸਬੁੱਕ 'ਤੇ, ਸਾਰੇ ਭਰ ਦਿੰਦੇ। ਇਸ ਕਰਕੇ ਜ਼ਮੀਨੀ ਪੱਧਰ 'ਤੇ ਤੁਸੀਂ ਜਿਹੜਾ ਪਹਿਲਾਂ ਕੰਮ ਕਰੋ, ਜਿਹੜਾ ਦੁਖਾਂਤ ਨਾ ਵਾਪਰੇ। ਜੋ ਹੁਣ ਹੋ ਗਿਆ ਫਤਿਹਵੀਰ ਸਿੰਘ, ਇਸ ਨੂੰ ਅਸੀਂ ਕੁਛ ਕਰ ਨਹੀਂ ਸਕਦੇ, ਉਹਨਾਂ ਨੂੰ ਬੱਚੇ ਨੂੰ ਅਸੀਂ ਟਾਲ ਨਹੀਂ ਸਕਦੇ। ਇਸ ਕਰਕੇ ਜੋ ਸਾਡਾ ਹੁਣ ਫਰਜ਼ ਬਣਦਾ, ਅਸੀਂ ਦੇਖੀਏ ਕਿੱਥੇ ਸਾਡੇ ਨਿਗਹਿਲੀਆਂ ਆ, ਜਾਂ ਹੋਰ ਅਸੀਂ ਇਹ ਬੋਲ ਬੰਨੇ ਆ, ਅਸੀਂ ਤਾਰਾਂ ਦੇਖਦੇ ਹਾਂ ਬਿਜਲੀ ਦੇ ਉੱਤੇ ਲੰਘਦੇ ਹਾਂ ਥੱਲੇ, ਕੋਈ ਵੀ ਸਾਡਾ ਬੱਚਾ ਮੀਟਰ ਨੂੰ ਫੜ ਸਕਦਾ, ਕੁਛ ਵੀ ਕਰ ਸਕਦਾ, ਪਰ ਅਸੀਂ ਉਹਦੇ ਵੱਲ ਧਿਆਨ ਨਹੀਂ ਦਿੰਦੇ। ਅਤੇ ਜਦੋਂ ਦੁਖਾਂਤ ਵਾਪਰ ਜਾਂਦਾ ਤਾਂ ਅਸੀਂ ਬਹੁਤ ਵੱਡੀ ਵੱਡੀ ਗੱਲਾਂ ਕਰਦੇ ਹਾਂ, ਸਾਨੂੰ ਫਰਜ਼ ਪਛਾਣਨਾ ਚਾਹੀਦਾ ਆ। ਅਤੇ ਇਸ ਕਰਕੇ ਇੱਥੇ ਸਰਕਾਰ ਤਾਂ ਪ੍ਰਸ਼ਾਸਨ ਬਿਲਕੁਲ ਫੇਲ ਹੋ ਗਿਆ ਇਸ ਮਾਮਲੇ ਵਿੱਚ, ਸਾਡਾ ਲੋਕਾਂ ਦਾ ਫਰਜ਼ ਬਣਦਾ, ਆਪਣਾ ਵੀ ਆਪ ਧਿਆਨ ਰੱਖੀਏ। ਵਾਹਿਗੁਰੂ ਖਾਲਸਾ ਵਾਹਿਗੁਰੂ। ਫਤਿਹ ਸਿੰਘ ਦੀ ਜਿਹੜੀ ਮੌਤ ਹੋਈ ਹੈ ਬਹੁਤ ਦੁਖਦਾਈ ਘਟਨਾ ਆ, ਇਹਦੇ ਵਿੱਚ ਪੰਜਾਬ ਸਰਕਾਰ ਦੀ ਬੜੀ ਨਿਗਹਿਲੀ ਆ। ਆਪਾਂ ਦੇਖਦੇ ਬਾਹਰਲੇ ਦੇਸ਼ਾਂ ਦੇ ਵਿੱਚ ਇੱਕ ਕੋਈ ਕੁੱਤਾ ਜਾਂ ਕੋਈ ਜਾਨਵਰ ਵੀ ਦੇਖ ਬੰਦਾ ਉਹਨੂੰ ਹੈਲੀਕਾਪਟਰ ਤੱਕ ਆ, ਇੱਥੇ ਤੱਕ ਜ਼ਿੰਦਗੀ ਜਾਣ ਦੀ ਕੋਸ਼ਿਸ਼ ਕਰਦੇ, ਸਾਡੇ ਇੱਥੇ ਇਨਸਾਨ ਦੀ ਕੋਈ ਜ਼ਿੰਦਗੀ ਜੁੜੀ ਆ, ਲੋਕ ਤਾਂ ਹੀ ਬਾਹਰ ਨੂੰ ਜਾਂਦੇ ਆ। ਜਦੋਂ ਇਹ ਹੋਈ ਸੀ ਘਟਨਾ ਉਹ ਪਤਾ ਲੱਗਾ, ਪ੍ਰਸ਼ਾਸਨ ਉੱਥੇ ਪਹੁੰਚਿਆ ਹੀ ਨਹੀਂ, ਪ੍ਰਸ਼ਾਸਨ ਬੜਾ ਲੇਟ ਪਹੁੰਚਿਆ, ਇੱਕ ਡੇਰਾ ਪ੍ਰੇਮੀ ਨੂੰ ਲਾਤਾ, ਉਹਨਾਂ ਦਾ ਕੀ ਮਕਸਦ ਯਾਦ, ਉਹਦੇ ਹੱਥਾਂ ਰੱਸੀ ਪੈ ਸਕਦੀ, ਉਹਨੂੰ ਕੱਢਿਆ ਕਿ ਨਹੀਂ ਜਾ ਸਕਦਾ। ਪੰਜਾਬ ਸਰਕਾਰ ਨੂੰ ਉਸੇ ਵੇਲੇ ਮਸ਼ੀਨਰੀ ਲੈਣੀ ਚਾਹੀਦੀ ਸੀ, ਜਾ ਕੇ ਜਾਣਾ ਚਾਹੀਦਾ ਸੀ। ਇਹਦੇ ਵਿੱਚ ਬਹੁਤ ਅਣਗਹਿਲੀ ਹੈਗੀ ਆ। ਮੈਂ ਤਾਂ ਪੂਰੀ ਪੁਰਜ਼ੋਰ ਮਿੱਠੇ ਦੀ ਗੱਲ ਆ, ਪੰਜਾਬ ਸਰਕਾਰ ਨੂੰ ਕਹਾਂ ਇੱਦਾਂ ਦੀ ਮਸ਼ੀਨਰੀ ਖਰੀਦਣੀ ਚਾਹੀਦੀ ਆ ਜਿਹੜੀ ਇਸ ਵੇਲੇ ਲੋੜ ਪੈਂਦੇ ਉਹ ਕੰਮ ਆਵੇ, ਔਰ ਜਿਹੜੇ ਜਿੰਨੇ ਵੀ ਕਿਸੇ ਦੇ ਬੋਰਡ ਜਿਹੜੇ ਨੰਗੇ ਆ ਉਹਨਾਂ ਨੂੰ ਉਹਨਾਂ ਦੇ ਤੁਰੰਤ ਐਕਸ਼ਨ ਲੈਣਾ ਚਾਹੀਦਾ, ਉਹਨਾਂ ਨੂੰ ਜੁਰਮਾਨਾ ਹੋਣਾ ਚਾਹੀਦਾ। ਬਿਲਕੁਲ ਮੈਂ ਜੀ ਨਿਖੇਧੀ ਕਰਦਾ ਪੁਰਜ਼ੋਰ ਵੀਰ ਲਗਾ ਦੁਆਰਾ ਵੀਰਾਂ ਨੂੰ ਮਸ਼ੀਨਰੀ ਖਰੀਦਣੀ ਚਾਹੀਦੀ। ਐਸਲਾ ਗੁਰਮਿਤ ਸਿੰਘ ਜੀ, ਜਿਹੜੀ ਤੁਸੀਂ ਫਤਿਹਵੀਰ ਜੀ ਦੀ ਮੌਤ ਹੋਈ ਆ 2 ਸਾਲਾਂ ਬੱਚੇ ਦੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਸ ਚੀਜ਼ ਦਾ ਕਿਹਨਾਂ ਦਾ ਜਿਹੜਾ ਦੋਸ਼ ਆ ਜੀ, ਇੱਕ ਬੱਚੇ ਕਿਸ ਤਰ੍ਹਾਂ ਹੋ ਸਕਦਾ ਤੁਸੀਂ ਜੋ ਬੱਚੇ ਦੀ ਮੌਤ ਹੋਈ ਆ, ਅਤੇ ਪੰਜਾਬ ਸਰਕਾਰ ਦੀ ਬਹੁਤ ਨਾਕਾਮੀ ਆ, ਕਿਉਂਕਿ ਉਹਨਾਂ ਨੇ ਪੂਰਾ ਬੰਦੋਬਸਤ ਕੀਤਾ ਨੇ, ਜੇ ਪੂਰਾ ਬੰਦੋਬਸਤ ਕਰਦੇ ਤਾਂ ਬੱਚੇ ਨੂੰ ਬਚਾ ਸਕਦੇ ਸੀ, ਜ਼ਿੰਦਗੀ ਬਚਾ ਸਕਦੇ ਸੀ। ਇਹਦੇ ਪੂਰੇ ਬਾਰਡਰ ਦੇ ਵਿੱਚ ਰੋਸ ਇਸ ਚੀਜ਼ ਦਾ, ਅਤੇ ਪੰਜਾਬ ਸਰਕਾਰ ਨੇ ਕੁਛ ਨਹੀਂ ਕੀਤਾ, ਸਭ ਜਗ੍ਹਾ ਜਗ੍ਹਾ 'ਤੇ ਤਾਂ ਧਰਨੇ ਦੇ ਰਹੇ ਲੋਕ, ਨਜ਼ਰੇ ਕਰ ਰਹੇ ਨੇ ਬੱਚੇ ਛੋਟੇ ਬੱਚੇ ਵਾਸਤੇ, ਜਿਹਦੀ ਮੌਤ ਹੋ ਚੁੱਕੀ ਆ, ਬਹੁਤ ਮਾੜੀ ਮੰਦਰ ਘਟਨਾ ਪਰਿਵਾਰ ਦਾ, ਕਿੰਨਾ ਦੁੱਖ ਆ ਗਿਆ ਪਹਾੜ ਦੇ ਪਰਿਵਾਰ ਦੇ ਉੱਪਰ, ਜਿਹਨਾਂ ਨੇ ਛੋਟਾ ਜਿਹਾ ਬੱਚਾ ਕਿੰਨੇ ਘੰਟੇ ਵਿੱਚ ਅੰਦਰ ਜ਼ਮੀਨ ਦੇ ਵਿੱਚ ਰਿਹਾ, ਅੰਦਰ ਹੀ ਕੁਛ ਗੌਰਮੈਂਟ ਨੇ ਕੋਈ ਵੰਡ ਕੀਤੇ ਨੇ ਬਹੁਤ ਵਧੀਆ ਤਰੀਕੇ ਨਾਲ ਨਹੀਂ ਕੀਤੇ, ਅਤੇ ਇਸ ਕਰਕੇ ਮੈਂ ਬਹੁਤ ਜ਼ਿੰਦਗੀ ਬਹੁਤ ਜ਼ਿਆਦਾ ਨਿੰਦਾ ਕਰਦਾ ਵੀ ਸਰਕਾਰ ਦੀ ਨਾਕਾਮੀ ਆ। ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਗੱਲ ਕਰੀ। ਇਸੇ ਗੱਲ ਨੂੰ ਲੈ ਕੇ ਅਸੀਂ ਗੱਲ ਕਰਾਂਗੇ ਇਸਦਾ ਮੱਖਣ ਸਿੰਘ ਜੀ ਗਿੱਲ, ਅਤੇ ਉਹਨਾਂ ਦੇ ਕੀ ਬਾਰੇ ਕੀ ਕਹਿਣਾ ਜੀ ਸਰ? ਮੈਂ ਬਹੁਤ ਧੰਨਵਾਦੀ ਹਾਂ ਜੀਰੋ ਲਾਈਨ ਚੈਨਲ ਦਾ, ਜਿਨ੍ਹਾਂ ਨੇ ਵੱਖ ਵੱਖ ਲੋਕਾਂ ਦੇ ਵਿਚਾਰ ਜਾਣ ਕੇ ਪੂਰੇ ਮੀਡੀਆ ਦੇ ਵਿੱਚ ਇਸ ਗੱਲ ਦੀ ਪਹੁੰਚਾਉਣ ਦੀ ਕੋਸ਼ਿਸ਼ ਲੋਕਾਂ ਤੱਕ ਕੀਤੀ ਆ ਕਿ ਫਤਿਹਵੀਰ ਸਿੰਘ ਦੀ ਮੌਤ ਦੇ ਸੰਬੰਧ ਵਿੱਚ ਲੋਕਾਂ ਦੇ ਪ੍ਰਤੀਕਰਮ ਲਏ ਆ। ਜਿੱਥੋਂ ਤੱਕ ਮੈਂ ਸਮਝਦਾ ਵਾ, ਜੇ ਸਰਕਾਰ ਕੋਲ ਐਡੀ ਟੈਕਨੋਲੋਜੀ ਹੈ ਨਹੀਂ ਸੀ ਤਾਂ ਇੰਨਾ ਲੇਟ ਨਹੀਂ ਸੀ ਕਰਨਾ ਚਾਹੀਦਾ, ਇੰਨਾ ਡਿਲੇ ਨਹੀਂ ਸੀ ਕਰਨਾ ਚਾਹੀਦਾ, ਉਹਦਾ ਕੋਈ ਹੋਰ ਹੱਲ ਜਾਂ ਮਾਪਿਆਂ ਦੇ ਉੱਤੇ ਜਾਂ ਪਿੰਡ ਦੇ ਲੋਕਾਂ ਉੱਤੇ ਛੱਡ ਦਿੰਦੇ। ਅਤੇ ਇੰਨਾ ਲੰਬਾ ਸਮਾਂ ਆਪਰੇਸ਼ਨ ਚਲਾਉਣ ਦੇ ਬਾਵਜੂਦ ਵੀ ਜੇ ਉਹ ਸਹੀ ਸਿੱਟੇ 'ਤੇ ਨਹੀਂ ਪਹੁੰਚੇ ਤਾਂ ਫਿਰ ਆਖਰ ਫਤਿਹਵੀਰ ਸਿੰਘ ਦੀ ਡੈਥ ਹੋ ਚੁੱਕੀ। ਸਾਨੂੰ ਉਹਦੇ ਪਰਿਵਾਰ ਨਾਲ, ਉਸ ਇਲਾਕੇ ਦੇ ਨਾਲ ਬੜੀ ਹਮਦਰਦੀ ਆ, ਬਹੁਤ ਮਾੜਾ ਹੋਇਆ, ਸਰਕਾਰ ਦੀ ਨਾਕਾਮੀ ਜ਼ਾਹਰ ਹੋਈ। ਫਤਿਹਵੀਰ ਸਿੰਘ ਜਿਹੜੇ ਬੋਰਵੈਲ ਦੇ ਵਿੱਚ ਡਿੱਗੇ ਸੀਗੇ, ਉਹਨਾਂ ਨੂੰ ਬਚਾਇਆ ਵੀ ਜਾ ਸਕਦਾ ਸੀ, ਅਤੇ ਪ੍ਰਸ਼ਾਸਨ ਨੇ ਕੋਸ਼ਿਸ਼ ਵੀ ਕੀਤੀ ਹੈ, ਪਰ ਬਦਕਿਸਮਤ ਹੀ ਕਿ ਉਹ ਨਹੀਂ ਬਚ ਸਕਿਆ। ਅੱਗੇ ਤੋਂ ਸਰਕਾਰ ਨੂੰ, ਪ੍ਰਸ਼ਾਸਨ ਨੂੰ ਇਹ ਚਾਹੀਦਾ ਕਿ ਜਿਹੜੇ ਬੋਰਵੈਲ ਹੈਗੇ ਆ ਇਹਨਾਂ ਨੂੰ ਕਵਰ ਕਰਾਵੇ, ਤਾਂ ਕਿ ਅੱਗੇ ਤੋਂ ਇੱਦਾਂ ਦੀ ਕੋਈ ਵੀ ਕਿਸੇ ਦਾ ਵੀ ਬੱਚਾ ਇਸ ਇੱਦਾਂ ਦੀ ਘਟਨਾ ਦੇ ਨਾ ਹੋਵੇ। ਬਾਕੀ ਜੋ ਪਰਮਾਤਮਾ ਨੇ ਜਿੰਨੀ ਆਦੂ ਰੇਗੀ ਹੈਗੀ ਆ ਉਹਦੋਂ ਵੱਧ ਤਾਂ ਮਿਲੀ ਹੈ, ਜਿੰਨੇ ਸਵਾਸ ਮਿਲੇ ਸੀ ਉਸ ਬੱਚੇ ਦੇ ਮਿਲੇ ਆ, ਪਰ ਪ੍ਰਸ਼ਾਸਨ ਨੂੰ ਇਹ ਜ਼ਰੂਰ ਚਾਹੀਦਾ ਕਿ ਉਹ ਇੱਦਾਂ ਦੀਆਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਜੋ
ਕਰਨਾ ਇਹ ਦੁਬਾਰਾ ਕੀ ਵਾਪਰਨੀਆਂ ਨਹੀਂ ਚਾਹੀਦੀਆਂ ਕਿ ਪ੍ਰਸ਼ਾਸਨ ਇਸ 'ਤੇ ਤੁਰੰਤ ਐਕਸ਼ਨ ਲਵੇ ਕਿ ਲੋਕਾਂ ਨੂੰ ਸਾਰਿਆਂ ਨੂੰ ਜਾਗਰੂਕ ਕਰੇ ਅਤੇ ਇਹ ਇਸ ਦੌਰ ਤੋਂ ਬਾਅਦ ਇਹਨਾਂ ਨੂੰ ਕਵਰ ਕੀਤਾ ਜਾਵੇ ਭਾਵੇਂ ਜ਼ਿਆਦਾ ਮਰਜ਼ੀ ਕਵਰ ਕਰੇ ਬੋਰੀਆਂ ਮਿੱਟੀਆਂ ਭਰ ਕੇ ਉਹਦੇ ਉੱਪਰ ਰੱਖੀਆਂ ਜਾਣ ਜਾਂ ਉਹਨਾਂ ਨੂੰ ਸੀਲ ਕੀਤਾ ਜਾਵੇ ਇਹ ਮੇਰੀ ਪ੍ਰਸ਼ਾਸਨ ਨੂੰ ਔਰ ਸਰਕਾਰ ਬੇਨਤੀ ਆ ਕਿ ਮੈਂ ਤੁਸੀਂ ਕਹਿੰਦਾ ਵੀ ਮੈਂ ਬੜੇ ਦੁੱਖ ਦੀ ਗੱਲ ਹੈ ਕਿ ਫਤਿਹਵੀਰ ਜਿਹੜਾ ਹੈ ਉਸਦੀ ਮੌਤ ਹੋ ਗਈ ਬੋਰਵੈਲ 'ਚ ਡਿੱਗਣ ਦੇ ਨਾਲ। ਕਾਫੀ ਸਮਾਂ ਜਿਹੜਾ ਹੈ ਲੱਗ ਗਿਆ, ਐਡਮਿਨਿਸਟ੍ਰੇਸ਼ਨ ਦੀ ਢਿੱਲ ਤਾਂ ਹੈ ਪਰ ਉਸ ਦੇ ਨਾਲ ਨਾਲ ਸਾਨੂੰ ਵੀ ਅਵੇਅਰ ਹੋਣ ਦੀ ਲੋੜ ਹੈ ਕਿਉਂਕਿ ਜਿਹੜੇ ਬੋਰਵੈਲ ਨੇ ਇਹ ਪਤਾ ਹੈ ਕਿ ਜੇ ਉਸ ਵਿੱਚ ਬੱਚਾ ਡਿੱਗ ਜਾਵੇ ਤਾਂ ਉਹਦੀ ਮੌਤ 'ਚ ਕਿੰਨੀ ਹੈ, ਇਹਨਾਂ ਨੂੰ ਅਸੀਂ ਕਿਉਂ ਨਹੀਂ ਕੰਟਰੋਲ ਕਰਦੇ। ਇਹ ਇੱਕ ਰਿਸਪੋਂਸੀਬਿਲਟੀ ਫਿਕਸ ਹੋਣੀ ਚਾਹੀਦੀ ਹੈ ਜਿਸ ਦਾ ਬੋਰਵੈਲ ਹੈ ਔਰ ਜਿਸ ਬੰਦੇ ਨੇ ਕਰਾਇਆ ਹੈ ਔਰ ਉੱਥੇ ਦੀ ਪੰਚਾਇਤ ਔਰ ਹੋਰ ਜਿਹੜੇ ਲੋਕ ਨੇ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੂੰ ਵੀ ਚੈੱਕ ਰੱਖਣਾ ਚਾਹੀਦਾ ਹੈ ਕਿ ਜਿਹੜੇ ਬੋਰਵੈਲ ਨੇ ਇਹਨਾਂ ਨੂੰ ਸੀਲ ਕੀਤਾ ਜਾਵੇ। ਵੱਡੀ ਕੁਤਾਹੀ ਹੋਈ ਹੈ ਕਿਉਂਕਿ ਬੋਰਵੈਲ 170 ਫੁੱਟ ਤੱਕ ਡੂੰਘਾ ਜਿਹੜਾ ਹੈ ਉਹਨੂੰ ਸੀਲ ਕਿਉਂ ਨਹੀਂ ਕੀਤਾ ਗਿਆ। ਅੱਜ ਸਾਰਾ ਹਿੰਦੁਸਤਾਨ ਸਾਰਾ ਪੰਜਾਬ ਜਿਹੜਾ ਹੈ ਉਸ ਬੱਚੇ ਲਈ ਮਾਤਮ ਮਨਾ ਰਿਹਾ ਹੈ ਔਰ ਐਡਮਿਨਿਸਟ੍ਰੇਸ਼ਨ ਜੇ ਜ਼ਿਆਦਾ ਐਕਟਿਵ ਹੋ ਜਾਂਦੀ, ਮਿਲਟਰੀ ਵਾਲਿਆਂ ਨੂੰ ਪਹਿਲਾਂ ਹੀ ਬੁਲਾਇਆ ਜਾਂਦਾ ਤਾਂ ਸ਼ਾਇਦ ਬੱਚਾ ਜਿਹੜਾ ਸੀਗਾ ਉਹ ਬਚ ਸਕਦਾ ਸੀ। ਪਿਛਲੇ ਦਿਨੀ ਬੋਰਵੈਲ 'ਚ 2 ਸਾਲਾ ਫਤਿਹਵੀਰ ਦੇ ਗਿਰਨ ਦੇ ਨਾਲ 6 ਜੂਨ ਨੂੰ ਗਿਰਿਆ ਅਤੇ 11 ਜੂਨ ਨੂੰ ਕੱਢਿਆ ਗਿਆ, ਜਿਹਦੇ ਵਿੱਚ ਵੱਖ ਵੱਖ ਫੋਰਸਾਂ ਵੱਲੋਂ ਬਸਵਾ ਸਮਾਜ ਜਥੇਬੰਦੀਆਂ ਵੱਲੋਂ ਉੱਥੇ ਪਹੁੰਚ ਕੇ ਉਹਦੀ ਮਦਦ ਕੀਤੀ ਗਈ ਪਰ ਨਾ ਇੱਕ ਉਹ ਵਿੱਚ ਕਾਮਯਾਬ ਨਹੀਂ ਹੋਏ ਉਹਨੂੰ ਜਿੰਦਾ ਕਰਨ ਦੇ ਵਿੱਚ, ਜਿਹਦੇ ਵਿੱਚ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਰੋਸ ਪ੍ਰਦਰਸ਼ਨ, ਧਰਨੇ ਸਰਕਾਰਾਂ ਦੇ ਖਿਲਾਫ਼ ਪ੍ਰਸ਼ਾਸਨ ਦਾ ਦਿੱਤੇ ਜਾਣ। ਇਸੇ ਚੀਜ਼ ਨੂੰ ਲੈ ਕੇ ਜ਼ੀਰੋ ਲਾਈਨ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਜਿਹਦੇ ਵਿੱਚ ਲੋਕਾਂ ਦੀ ਕਚਹਿਰੀ ਦੇ ਵਿੱਚ ਲੋਕਾਂ ਦੇ ਵਿਚਾਰ ਸੁਣੇ ਗਏ ਤਾਂ ਕਿ ਅਸੀਂ ਜ਼ੀਰੋ ਲਾਈਨ ਦੇ ਰਾਹੀਂ ਹੀ ਲੋਕਾਂ ਨੂੰ ਜਿਹੜਾ ਆ ਆਵਾਮ, ਜਿਹੜੀ ਆਵਾਮ ਦੀ ਆਵਾਜ਼ ਆ ਸਰਕਾਰਾਂ ਤੱਕ, ਲੋਕਾਂ ਤੱਕ, ਉਹ ਲੋਕ ਜਿਹੜੇ ਆਪਣੀ ਕਿਸੇ ਮਸਰੂਫੀਅਤ ਦੇ ਕਾਰਨ ਇਹਨਾਂ ਚੀਜ਼ਾਂ ਤੋਂ ਜਾਣਕਾਰੀ ਤੋਂ ਵਾਂਝੇ ਆ ਉਹਨਾਂ ਤੱਕ ਪਹੁੰਚਾਉਣ ਲਈ ਇੱਕ ਉਪਰਾਲਾ ਕੀਤਾ ਜਾ ਰਿਹਾ ਜਿਹਦੇ ਨਾਲ ਅਸੀਂ ਸਮਾਜ ਦੇ ਵੱਖ ਵੱਖ ਵਰਗਾਂ ਦੇ ਨਾਲ ਲੋਕਾਂ ਦੀ ਗੱਲ ਕੀਤੀ। ਉਸ ਗੱਲਬਾਤ ਨੂੰ ਅਸੀਂ ਜ਼ੀਰੋ ਲਾਈਨ ਦੇ ਰਾਹੀਂ ਜਿਹੜਾ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ। ਹੁਸ਼ਿਆਰਪੁਰ ਤੋਂ ਜ਼ੀਰੋ ਲਾਈਨ ਦੀ ਦਰਜੀ ਦਰਜ